ਅਸਲਾਮ ਵਾਲੇਕਮ ਵਾਲੇਕਮ ਸਿਕੰਦਰ ਬੇਟਾ ਤਿੰਨ ਭਾਈ ਸਨ ਦੋ ਵੱਡੇ ਹਨ ਇੱਕ ਛੋਟਾ ਹੀ ਉਹ ਦੋਵਾਂ ਦੀ ਸ਼ਾਦੀ ਹੋਈ ਤੇ ਉਹਨਾਂ ਦੇ ਘਰੋਂ ਨਾ ਬੜੇ ਸੋਹਣੇ ਡੰਗ ਟੱਪਣ ਉਹ ਖੁੱਤੇ ਵੀ ਜਾਣ ਤੇ ਵਾਰੀ ਨਾਲ ਆਖਣ ਇੱਕ ਮੈਚ ਜਾਣੇ ਦੂਜੀ ਇੱਕ ਦੇ ਦੋ ਇਕੱਠੀਆਂ ਟੁਰ ਜਣ ਜੀਵਿੰਦਾਰਾ ਕੰਮ ਸੀ ਰੋਟੀ ਟੁੱਕਰ ਖੜਨਾ ਉਹਦੇ ਨੂੰ ਗੋਆ ਬਾਲਣ ਲਾਇਆ ਉਹਨਾਂ ਉਹ ਜਿਹੜਾ ਤੀਸਰਾ ਭਾਈ ਉਹਨਾਂ ਦਾ ਵਿਆਹ ਕਰਤਾ ਤੇ ਉਹਨੇ ਵੇਖਿਆ ਉਹਨਾਂ ਦਾ ਵਾਹ ਵਾਜ ਜੋਦ ਇਕੱਠੀਆਂ ਜਾਂਦੀਆਂ ਇਕੱਠੀਆਂ ਹੁੰਦੀਆਂ ਉਹ ਇੱਕ ਦਿਨ ਆਖਣ ਲੱਗੀ ਬੜੀ ਤੁਹਾਡੀ ਸੋਹਰੇ ਚੋੜੀਆਂ ਕਿ ਸਾਨੂੰ ਕਿਹੜੀ ਜੰਮੀ ਹੈ ਵਖਰਿਆਂ ਕਰਨ ਵਾਲੀ ਉਹਨਾਂ ਦੀ ਜੋਦੀ ਸੀ ਉਹ ਫੇਰ ਕੋਈ ਦੋ ਚਾਰ ਜੇ ਇੱਕ ਫੇਰਾ ਹੋ ਕੇ ਆ ਗਈ ਬਈ ਇਹਨਾਂ ਕੋਈ ਗੱਲ ਜਰਾ ਭੁੱਲ ਗਏ ਉਹ ਜਿਹੜਾ ਫੇਰਾ ਆਈ ਤੇ ਆਖਣ ਲੱਗੀ ਆਈ ਮੇਰਾ ਦਿਲ ਕਰਦਾ ਤੁਸੀਂ ਮੈਨੂੰ ਦਿਓ ਹਾਂ ਪੱਤਾ ਨਵੀਂ ਜੜੀ ਨਵੀਂ ਜੜੀ ਉਹ ਜਿਹੜੀਆਂ ਪ੍ਰਾਣੀਆਂ ਹਨ ਉਹ ਇੰਨੀਆਂ ਖੁਸ਼ ਹੋ ਰਹੀਆਂ ਆਖਾਂਗੇ ਵਾਹ ਜੀ ਵਾਹ ਇਹਨੇ ਤਾਂ 6 ਮਹੀਨੇ ਬਾਅਦ ਬਰੂਆਂ ਨਹੀਂ ਆਣ ਵੇਖਣੀ ਤੇ ਸਾਨੂੰ ਕੋਈ ਘਰਾਨਾ ਹੀ ਲੱਭ ਗਿਆ ਇਹ ਆਂਦੀ ਹੈ ਬਈ ਮੀਨੂ ਦੇਵ ਪੱਤਾ ਉਹਨੇ ਆਪਣਾ ਜੀ ਰੋਟੀ ਛੋਟੀ ਲੱਸੀ ਪੱਤਾ ਚੁੱਕ ਲਿਆ ਚੱਖੂ ਤੇ ਟੋੜ ਗੀ ਅੱਗੇ ਹਾਲ ਵਗਦੇ ਹਨ ਹਰਾਂ ਦੀ ਵਾਈਸ ਰੋਟੀ ਛੋਟੀ ਖਵਾਈ ਤੇ ਜਿਹੜਾ ਉਹਦਾ ਆਦਮੀ ਹੈ ਨਾ ਥੋੜੀ ਜਿਹੀ ਆਈ ਪੰਜ ਚਾਰ ਕਰੂ ਆਖਣ ਲੱਗੀ ਜਰਾ ਉਰਾਂ ਕਰ ਲਿਆ ਜੀ ਮੈਂ ਕੋਈ ਯਾਦ ਨਹੀਂ ਰੀ ਗੱਲ ਕਰਨੀ ਉਹ ਜਿਹੜੇ ਵੱਡੇ ਭਰਾ ਨਾ ਆਖਣ ਲੱਗੇ ਸੋਹਣਿਆ ਕੀ ਆਂਦੀ ਜਦੋਂ ਕੋਲ ਆ ਕੇ ਖਲੋਤਾ ਨਾ ਚਾਹੇ ਕੀ ਗੱਲ ਐ ਕੋਈ ਵੀ ਨਹੀਂ ਉਹ ਫਿਰ ਪਿਛਾਂ ਟੁਰ ਗਿਆ ਉਹਨਾਂ ਨਾਲ ਖਲਾਰੇ ਹਾਂ ਤੇ ਵੰਨੇ ਨੇ ਕੀ ਗੱਲ ਆਂਦੀ ਬੀਬੀ ਤੇਰੀ ਇਹ ਨਹੀਂ ਕੋਈ ਹਾਥੀ ਸੱਚਾ ਇਹਨੇ ਕੋਈ ਵੀ ਨਹੀਂ ਉਹਨਾਂ ਕਹਿਆ ਗੱਲ ਸਿੱਧੀ ਝਕਾਰ ਅਜੇ ਤੈਨੂੰ ਕੱਲ ਵਿਆਹ ਨੇ ਪੇ ਹਾਂ ਇਤੱਕ ਨਹੀਂ ਜਨਾਨੀਆਂ ਦੀ ਗੱਲਾਂ ਸੁਣੀਆਂ ਤੇ ਝੂਨੇ ਪਰਦਾ ਪਾਣ ਲੱਪਿਆ ਉਹ ਬਥੇਰੀ ਦਵਾਈ ਦੇ ਉਹ ਕੋਈ ਨਹੀਂ ਆ ਵੀ ਕੋਈ ਨਹੀਂ ਪਰ ਉਹਨੇ ਜਿਹੜੀ ਆਖਿਆ ਨਾ ਉਹ ਰਾ ਮੇਰੇ ਨੇੜੇ ਆ ਗੱਲ ਸੁਣ ਤੂੰ ਉਹਨਾਂ ਨੂੰ ਸ਼ੱਕ ਪੈ ਗਿਆ ਉਹ ਦਵਾਈ ਦੇ ਕੋਈ ਨਹੀਂ ਗੱਲ ਤੇ ਉਹ ਦੋਏ ਪ੍ਰਾਖਣ ਨਹੀਂ ਤੂੰ ਗੱਲ ਦੱਸਦਾ ਨਹੀਂ ਉਹਨਾਂ ਤੇ ਉਹ ਪ੍ਰਾਣੀਆਂ ਦੌਰ ਚਾ ਉਹਨੂੰ ਮਾਰੀਆਂ ਲੋ ਜੀ ਵੱਡੇ ਰੇ ਆਖਣ ਅੱਗੇ ਛਾੜਿਆ ਵੱਖਰੇ ਨੂੰ ਕਰਦੇ ਤੇ ਵੱਡਲਿਆ ਸੀ ਹਵਾਂ ਦੇ ਨਾਲ ਉਹ ਇੱਕ ਜਣਾ ਗਿਆ ਉਹਨੇ ਤਰੇਵੇ ਤਵੇ ਲਿਆਂਦੇ ਤਰੇ ਦੌਰੀਆਂ ਡੰਡਾ ਲਿਆਂਦਾ ਸਾਰਿਆਂ ਦਾ ਨਾ ਵੇੜਾ ਵਾਵਾ ਵੱਡਾ ਹਰਾ ਉਹ ਵੱਡੇੜੇ ਸਵੇਰੇ ਪਾਈ ਵੱਖਰੇ ਵੱਖਰੇ ਤਰੇ ਚੁੱਲਾਂ 'ਚ ਧਰੀਆਂ ਗਈਆਂ ਚਾਪੋ ਆਪਣੀਆਂ ਰੋਟੀਆਂ ਪਕਾਣ ਲੱਗੀਆਂ ਤੇ ਜਿਹੜੀ ਨਵੀਂ ਸੀ ਉਹ ਆਖਣ ਲੱਗੀ ਤੁਸੀਂ ਤਾਂ ਜੀ ਸਾਨੂੰ ਕਿਹੜੀ ਜੰਮੀ ਵੱਖਰੀਆਂ ਕਰਨ ਵਾਲੀ ਜੰਮੀ ਆ ਕਿ ਨਹੀਂ ਉਹਨਾਂ ਆਖਿਆ ਬਈ ਵਾਕੇ ਆਫਰੀ ਨੇ ਮਨ ਛੜਿਆ ਤੇ ਤਰੇ ਵੇ ਵੱਖੋ ਵੱਖਰੇ ਭਾਈ ਚੰਗੇ ਕਿਨਾਰੇ ਧਰੀ